Everyone, myself Raman Sharma as an IELTS trainer plus motivator. आज तो मैं अपने चैनल रमन IELTS के नाल नाल इनु मोटिवेशनल चैनल भी बनाऊंगा। दुनिया के उत्ते बहुत सारे अपने भैन भरा एवं बैठे आ जेडे अपनी जिंदगी तो निराश ने, जा कोई अपनी फिजिकल अपीयरेंस नु लेके खुश नहीं हैगा, जा उन्हां नु लगदा है कि उन्हां दा जेड़ा कलर कंप्लेक्शन हैगा वो ब्लैक है जा कोई भी ब्राउन है, जिदे करके वो अग्गे नहीं आ सकदे जिंदगी दे विच। तां टू बी वेरी वेरी ऑनेस्ट, अज दी वीडियो दे विच मैं तुहानू एक कॉट है जेड़ा वो बोल के सुनाऊंगा इंग्लिश दे विच, ते नाल दी नाल उहनू मैं एक्सप्लेन करूंगा पंजाबी दे विच। जेकर मेरी वीडियो वधिया लगी तां थम्स अप जरूर ਦਈਓ, ਨਾ ਵਧੀਆ ਲੱਗੀ ਤਾਂ ਡਿਸਲਾਈਕ ਦਾ ਬਟਨ ਵੀ ਜ਼ਰੂਰ ਦਈਓ। ਮੈਨੂੰ ਪਤਾ ਲੱਗੇਗਾ ਕਿ ਮੈਂ ਐਵੇਂ ਦੀਆਂ ਵੀਡੀਓਜ਼ ਅੱਗੇ ਤੋਂ ਬਣਾਵਾਂ ਜਾਂ ਨਾ ਬਣਾਵਾਂ। ਸੋ ਵਿਦਆਊਟ ਵੇਸਟਿੰਗ ਅ ਟਾਈਮ ਆਪਾਂ ਅੱਜ ਦੇ ਕੌਟ ਦੀ ਗੱਲ ਕਰਦੇ ਹਾਂ। ਕੌਟ ਇੰਗਲਿਸ਼ 'ਚ ਹੈ ਤੇ ਜੇ ਨਾ ਸਮਝ ਆਇਆ ਤਾਂ ਮੈਂ ਬਿਲਕੁਲ ਡਿਸਕ੍ਰਿਪਸ਼ਨ ਦੇ ਵਿੱਚ ਇਹਨੂੰ ਰਿਟਨ 'ਚ ਦੇਊਂਗਾ, ਤੁਸੀਂ ਉੱਥੋਂ ਵੀ ਰੀਡ ਆਊਟ ਕਰ ਸਕਦੇ ਹੋ। ਤੇ ਕੌਟ ਕੀ ਹੈਗਾ, ਕਹਿੰਦਾ ਇਫ ਯੂ ਹੈਵ ਕੰਪਲੀਟਡ ਯੂਅਰ ਡ੍ਰੀਮ, ਇਫ ਯੂ ਹੈਵ ਕੰਪਲੀਟਡ ਯੂਅਰ ਡ੍ਰੀਮ, you do not need any kind of the fairness cream। ਮਤਲਬ ਕੀ ਹੈਗਾ ਕਿ ਜੇ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਲੈਣੇ ਹੋ, ਜੋ ਤੁਹਾਡੇ ਡ੍ਰੀਮਸ ਨੇ ਜੇ ਤੁਸੀਂ ਉਹਨਾਂ ਨੂੰ ਪੂਰਾ ਕਰ ਲੈਣੇ ਹੋ, ਤਾਂ ਯਕੀਨ ਕਰਿਓ ਕਿ ਆਪਣੀ ਫਿਜ਼ੀਕਲ ਅਪੀਅਰੈਂਸ ਨੂੰ ਚਮਕਾਉਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਕਿਸੇ ਵੀ ਕਰੀਮ ਦੀ ਲੋੜ ਨਹੀਂ ਹੈਗੀ। ਲੋਕ ਤੁਹਾਨੂੰ ਆਟੋਮੈਟਿਕਲੀ ਪਿਆਰ ਕਰਨਗੇ। ਤੁਸੀਂ ਆਪਣੀ, ਬਹੁਤ ਲੋਕ ਆਪਣੀ ਫਿਜ਼ੀਕਲ ਅਪੀਅਰੈਂਸ ਕਰਕੇ ਸੋਚਦੇ ਕਿ ਉਹ ਕਾਮਯਾਬ ਨਹੀਂ ਹੋ ਸਕਦੇ, ਤਾਂ ਮੇਰੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਨ੍ਹਾਂ ਦਾ ਕਲਰ ਕੰਪਲੈਕਸ਼ਨ ਬਹੁਤ ਬਲੈਕ ਹੈ, ਜਿਵੇਂ ਨੈਲਸਨ ਮੰਡੇਲਾ, ਬਰਾਕ ਓਬਾਮਾ, ਕ੍ਰਿਸ ਗੇਲ, ਡ੍ਰੈਨ ਬ੍ਰੈਵੋ, ਰੈਸਲਿੰਗ ਪਲੇਅਰ ਹੈ ਮਾਰਕ ਹੈਨਰੀ, ਜਾਂ ਆਪਣੇ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਨਵੇਂ ਸਿੰਗਰ ਹੈ ਉਹਦਾ ਨਾਮ ਹੈ ਕਾਕਾ। ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਕਿ ਆਪਾਂ ਸਾਰੇ ਕਿੰਨਾ ਪਿਆਰ ਕਰਦੇ ਹਾਂ ਇਹਨਾਂ ਨੂੰ। ਇਹਨਾਂ ਦੀ ਕੋਈ ਫਿਜ਼ੀਕਲ ਅਪੀਅਰੈਂਸ ਕਰਕੇ ਆਪਾਂ ਇਹਨਾਂ ਨੂੰ ਹੇਟ ਨਹੀਂ ਕਰਦੇ। ਦ ਰੀਜ਼ਨ ਬਿਹਾਈਂਡ ਦਿਸ ਕਿ ਇਹ ਲੋਕਾਂ ਨੇ ਆਪਣੀ ਅਪੀਅਰੈਂਸ ਨੂੰ ਛੱਡ ਕੇ ਆਪਣੇ ਕੰਮ ਦੇ ਉੱਤੇ ਵਰਕ ਕੀਤਾ, ਮਤਲਬ ਆਪਣੇ ਡ੍ਰੀਮਸ ਦੇ ਉੱਤੇ ਵਰਕ ਕੀਤਾ ਤੇ ਉਹਨਾਂ ਨੇ ਆਪਣੇ ਡ੍ਰੀਮਸ ਨੂੰ ਅਚੀਵ ਕਰ ਲਿਆ। ਸੋ ਅੱਜ ਤੋਂ ਜਿਹੜੇ ਬੱਚੇ ਆਹ ਸੋਚ ਰਹੇ ਕਿ ਉਹ ਕਲਰ ਕੰਪਲੈਕਸ਼ਨ ਕਰਕੇ ਅੱਗੇ ਨਹੀਂ ਆ ਰਹੇ, ਤਾਂ ਰਾਦਰ ਟੂ ਕਿ ਆਪਣੇ ਸਕਿਨ ਟੋਨ ਦੇ ਉੱਤੇ ਆਪਾਂ ਉਹਨੂੰ ਕੰਮ ਕਰੀਏ, ਬਲਕਿ ਆਪਾਂ ਆਪਣੇ ਡ੍ਰੀਮਸ ਦੇ ਉੱਤੇ ਕੰਮ ਕਰੀਏ ਤੇ ਬਾਕੀ ਸਾਰੇ ਲੋਕ ਆਪਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦੇਣਗੇ। ਸੋ ਉਮੀਦ ਕਰੂੰਗਾ ਕਿ ਕੌਟ ਤੁਹਾਨੂੰ ਪਸੰਦ ਆਇਆ ਹੋਊਗਾ। ਜੇ ਪਸੰਦ ਆਇਆ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ। ਥੈਂਕ ਯੂ ਵੈਰੀ ਮੱਚ। ਐਵੇਂ ਦੀਆਂ ਵੀਡੀਓਜ਼ ਨੂੰ ਹੋਰ ਰੋਜ਼ ਨਵੀਂ ਤੋਂ ਨਵੀਂ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮੱਚ, ਲਵ ਯੂ, ਟੇਕ ਕੇਅਰ, ਗੁੱਡ ਬਾਏ। ਰਮਨ ਸ਼ਰਮਾ।